ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਜੋਬ ਨਿਊਜ਼ ਅੱਡਾ ਵਿੱਚ। ਦੋਸਤੋ ਜਿਹੜੀ ਅੱਜ ਪੋਸਟਾਂ ਲੈ ਕੇ ਆਏ ਹਾਂ, ਇਹਨਾਂ ਪੋਸਟਾਂ ਨੂੰ ਅਨਾਊਂਸ ਕੀਤਾ ਹੈ ਬੈਂਤ ਕਾਲਜ ਆਫ ਇੰਜੀਨੀਅਰਿੰਗ ਟੈਕਨੋਲੋਜੀ ਗੁਰਦਾਸਪੁਰ ਨੇ। ਇੱਥੇ ਦੋਸਤੋ ਜਿੰਨੀ ਵੀ ਨੋਨ ਟੀਚਿੰਗ ਪੋਸਟਾਂ ਅਨਾਊਂਸ ਹੋਈ ਹੈ, ਸਾਰੀ ਦੀ ਸਾਰੀ ਪੋਸਟਾਂ ਦੋਸਤੋ ਰੈਗੂਲਰ ਬੇਸ ਹੈ, ਅਤੇ ਇਹਨਾਂ ਦੇ ਲਈ ਤੁਸੀਂ ਫੋਰਮ ਫਿਲ ਕਰਨਾ ਹੈ ਆਫਲਾਈਨ, ਠੀਕ ਹੈ ਜੀ। ਐਡਰੈਸ ਇਹਨਾਂ ਦਾ ਤੁਸੀਂ ਦੇਖ ਸਕਦੇ ਹੋ, ਦਾ ਆਫਿਸ ਆਫ ਦਾ ਡਾਇਰੈਕਟਰ ਬੈਂਤ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਵਿਲੇਜ ਬੈਰਾਰ, ਪਠਾਨਕੋਟ ਰੋਡ, ਗੁਰਦਾਸਪੁਰ। ਅਤੇ ਦੋਸਤੋ ਇਹ ਇਹਨਾਂ ਦਾ ਪਿੰਨ ਕੋਡ ਹੈ, ਇੱਥੋਂ ਤੱਕ ਤੁਸੀਂ ਐਡਰੈਸ ਲਿਖ ਦੇਣਾ, ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਦੋਸਤੋ ਆਪਾਂ ਗੱਲ ਕਰੀਏ ਇੱਥੇ ਵੈਕੰਸੀਆਂ ਦੀ, ਅਤੇ ਨੰਬਰ 1 'ਤੇ ਕੰਪਿਊਟਰ ਓਪਰੇਟਰ ਦੀ ਵੈਕੈਂਸੀ ਅਨਾਊਂਸ ਹੋਈ ਹੈ। ਦੋ ਪੋਸਟਾਂ ਨੇ ਜੀ, PGDCA ਕਲੀਅਰ ਹੋਣਾ ਚਾਹੀਦਾ ਤੁਹਾਡਾ ਜਾਂ BSC ਕਲੀਅਰ ਹੋਣਾ ਚਾਹੀਦਾ ਹੈ। ਸੈਲਰੀ ਸਾਰੀਆਂ ਪੋਸਟਾਂ ਲਈ ਪੰਜਾਬ ਗਵਰਨਮੈਂਟ ਰੂਲ ਦੇ ਮੁਤਾਬਿਕ ਤੁਹਾਨੂੰ ਦਿੱਤੀ ਜਾਏਗੀ। ਦੂਜੀ ਪੋਸਟ ਦੋਸਤੋ ਇੱਥੇ ਅਨਾਊਂਸ ਹੋਈ ਹੈ ਲੇਬ ਅਟੈਂਡੈਂਟ ਦੀ। 12 ਪੋਸਟਾਂ ਨੇ ਦੋਸਤੋ, SSLC ਜਾਂ ਮੈਟਰਿਕੁਲੇਸ਼ਨ ਐਗਜ਼ਾਮ ਤੁਹਾਡਾ ਕਲੀਅਰ ਹੋਣਾ ਚਾਹੀਦਾ ਹੈ। ਤੀਜੀ ਦੋਸਤੋ ਪੋਸਟ ਇੱਥੇ ਅਨਾਊਂਸ ਹੋਈ ਹੈ ਉਹ ਹੈ PN ਦੀ, ਅਤੇ 7 ਪੋਸਟਾਂ ਇੱਥੇ ਅਨਾਊਂਸ ਹੋਈ ਹੈ ਇਹਨਾਂ ਦੇ ਲਈ ਤੁਹਾਡਾ ਮਿਡਲ ਯਾਨੀ ਕਿ 8th ਜਮਾਤ ਕਲੀਅਰ ਹੋਣੀ ਚਾਹੀਦੀ ਹੈ 55% ਨਾਲ, ਨਾਲੇ ਤੁਹਾਨੂੰ ਪੰਜਾਬੀ ਦਾ ਨੌਲੇਜ ਵੀ ਹੋਣਾ ਚਾਹੀਦਾ ਹੈ। ਡਰਾਈਵਰ ਦੀ ਪੋਸਟ ਦੀ ਗੱਲ ਕਰੀ ਦੋਸਤੋ, ਤਾਂ 2 ਪੋਸਟਾਂ ਇੱਥੇ ਅਨਾਊਂਸ ਹੋਈ ਹੈ। ਡਰਾਈਵਰ ਪੋਸਟ ਲਈ ਤੁਹਾਡੀ 10th ਕਲੀਅਰ ਹੋਣੀ ਚਾਹੀਦੀ ਹੈ 55% ਮਾਰਕਸ ਨਾਲ, ਨਾਲੇ ਗਾਇਸ ਤੁਹਾਡੇ ਕੋਲੇ 5 ਸਾਲਾਂ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ। ਡਰਾਈਵਿੰਗ ਲਾਇਸੈਂਸ ਦੋਸਤੋ ਤੁਹਾਡਾ ਲਾਈਟ ਜਾਂ ਹੈਵੀ ਜੋ ਵੀ ਹੈ ਚੱਲ ਜਾਏਗਾ, ਬਟ ਐਕਸਪੀਰੀਅੰਸ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਦੋਸਤੋ ਗੱਲ ਕਰੀਏ ਸਿਵਰਮੈਨ ਦੀ, ਤਾਂ ਇੱਕ ਪੋਸਟ ਅਨਾਊਂਸ ਹੋਈ ਹੈ 10th ਕਲਾਸ 8th ਕਲਾਸ ਜਿਹੜਾ ਤੁਹਾਡਾ ਕਲੀਅਰ ਹੋਣਾ ਚਾਹੀਦਾ ਹੈ। ਸਿਵਰਮੈਨ ਦੀ ਪੋਸਟ ਦੋਸਤੋ ਇੱਥੇ ਅਨਾਊਂਸ ਹੋਈ ਹੈ, ਸਿਵਰਮੈਨ ਦੀ ਪੋਸਟ ਇੱਥੇ ਦੋਸਤੋ ਅਨਾਊਂਸ ਹੋਈ ਹੈ। ਇੱਕ ਪੋਸਟ ਹੈ NS ਪੋਸਟ ਦੇ ਲਈ, ਸਿਵਰਮੈਨ ਦੀ ਦੋਸਤੋ ਇੱਥੇ ਇੱਕ ਪੋਸਟ ਅਨਾਊਂਸ ਹੋਈ ਹੈ, ਠੀਕ ਹੈ ਜੀ। ਮਿਡਲ ਕਲਾਸ ਯਾਨੀ ਕਿ 8th ਜਮਾਤ ਤੁਹਾਡੀ ਕਲੀਅਰ ਹੋਣੀ ਚਾਹੀਦੀ 55% ਨਾਲ। ਅਤੇ ਦੋਸਤੋ ਇਸ ਤੋਂ ਬਾਅਦ ਜਿਹੜੀ ਹੈ ਲਾਇਬ੍ਰੇਰੀ ਅਸਿਸਟੈਂਟ ਦੀ ਇੱਕ ਪੋਸਟ ਅਨਾਊਂਸ ਹੋਈ ਹੈ, ਬੈਚਲਰ ਡਿਗਰੀ ਕਲੀਅਰ ਹੋਣੀ ਚਾਹੀਦੀ ਹੈ ਲਾਇਬ੍ਰੇਰੀ ਸਾਇੰਸ, ਅਤੇ ਨਾਲ ਹੀ ਵਰਕ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ 2 ਸਾਲਾਂ ਦਾ। ਤਾਂ ਦੋਸਤੋ ਇਹ ਤਾਂ ਸੀ ਵੈਕੰਸੀ ਡਿਟੇਲ। ਇਸ ਤੋਂ ਬਾਅਦ ਜਿਹੜੀ ਟਰਮ ਐਂਡ ਕੰਡੀਸ਼ਨ ਰਹੇਗੀ ਉਹ ਸਾਰੀ ਗੌਰਮੈਂਟ ਰੂਲ ਮੁਤਾਬਿਕ ਹੀ ਰਹੇਗੀ, ਯਾਨੀ ਕਿ ਜੋ ਗੌਰਮੈਂਟ ਭਰਤੀਆਂ ਵਿੱਚ ਹੁੰਦੀ ਆ ਉਹੀ ਰਹੇਗੀ, ਉਹੀ ਸੈਲਰੀ, ਉਹੀ ਏਜ, ਠੀਕ ਹੈ ਜੀ। ਕਲੋਜ਼ਿੰਗ ਡੇਟ ਦੀ ਗੱਲ ਕਰੀਏ ਤਾਂ 28/8/2019 ਇਸ ਦੀ ਕਲੋਜ਼ਿੰਗ ਡੇਟ ਆ, ਬਟ ਤੁਸੀਂ ਕੋਸ਼ਿਸ਼ ਕਰਨੀ ਦੋਸਤੋ ਫਟਾਫਟ ਤੁਸੀਂ ਫੋਰਮ ਅਪਲਾਈ ਕਰ ਦੇਣਾ, ਫੋਰਮ ਆਫਲਾਈਨ ਹੈ, ਪਹੁੰਚਣ 'ਚ ਟਾਈਮ ਲੱਗਦਾ ਹੈ, ਠੀਕ ਹੈ ਜੀ। ਹੁਣ ਸੁਣੋ ਤੁਸੀਂ ਅਪਲਾਈ ਕਿੱਦਾਂ ਕਰਨਾ। ਤੁਸੀਂ ਸਭ ਤੋਂ ਪਹਿਲਾਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਵਿਜ਼ਿਟ ਕਰਕੇ ਪਰਫੋਰਮਾ ਡਾਊਨਲੋਡ ਕਰ ਲੈਣਾ, ਉਸ ਨੂੰ ਚੰਗੀ ਤਰ੍ਹਾਂ ਫਿਲ ਕਰਨਾ। ਫਿਲ ਕਰਨ ਤੋਂ ਬਾਅਦ ਦੋਸਤੋ ਤੁਸੀਂ ਆਪਣੇ ਡਾਕੂਮੈਂਟ 8th ਦਾ 10th ਜਾਂ ਜਿੰਨੇ ਵੀ ਤੁਸੀਂ ਡਾਕੂਮੈਂਟ ਦੋਸਤੋ ਲਾਣੇ ਚਾਹੁੰਦੇ ਹੋ ਉਹ ਸਾਰੇ ਡਾਕੂਮੈਂਟ ਤੁਸੀਂ ਸੈਲਫ ਅਟੈਸਟਡ ਕਰਨੇ ਨੇ ਤੇ ਪਰਫੋਰਮੇ ਨਾਲ ਅਟੈਚ ਕਰ ਦੇਣੇ ਹੈ। ਫਿਰ ਦੋਸਤੋ ਉਹਨਾਂ ਨੂੰ ਸੈਂਡ ਕਰ ਦੇਣਾ ਇਹਨਾਂ ਦੇ ਐਡਰੈਸ ਤੇ ਜੋ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਇੱਕ ਵਾਰੀ ਹੋਰ ਦੱਸ ਦਿੰਦੇ ਹਾਂ ਜੀ। ਇਹ ਐਡਰੈਸ ਰਹੇਗਾ ਇਹਨਾਂ ਦਾ, ਠੀਕ ਹੈ ਜੀ, ਇੱਥੋਂ ਲੈ ਕੇ ਦਾ ਆਫਿਸ ਆਫ ਦਾ ਡਾਇਰੈਕਟਰ ਬੈਂਤ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਵਿਲੇਜ ਵੈਰਾਰ, ਪਠਾਨਕੋਟ ਰੋਡ, ਗੁਰਦਾਸਪੁਰ, ਠੀਕ ਹੈ ਜੀ। ਇਹ ਪਿੰਨ ਕੋਡ ਇੱਥੋਂ ਤੱਕ ਤੁਸੀਂ ਲਿਖ ਲੈਣਾ। ਇਹ ਦੋਸਤੋ ਤੁਸੀਂ ਡਾਕ ਵਾਲਾ ਜਿਹੜਾ ਲਿਫਾਫਾ ਹੁੰਦਾ ਹੈ ਉਸਦੇ ਉੱਤੇ ਲਿਖਣਾ, ਤੇ ਉਸ ਤੋਂ ਥੱਲੇ ਤੁਸੀਂ ਲਿਖਣਾ ਫਰੋਮ, ਲਿਖ ਕੇ ਆਪਣਾ ਨਾਂ ਪਤਾ ਜੋ ਵੀ ਹੈ, ਠੀਕ ਹੈ ਜੀ, ਸਾਰਾ ਲਿਖ ਦੇਣਾ ਤੇ ਇਹ ਸੈਂਡ ਕਰ ਦੇਣਾ। ਤੁਸੀਂ ਕੋਸ਼ਿਸ਼ ਕਰਨੀ ਹੈ ਦੋਸਤੋ ਸਪੀਡ ਪੋਸਟ ਕਰ ਦਿਓ ਇਹਨੂੰ, ਜਾਂ ਫਿਰ ਰਜਿਸਟਰਡ ਡਾਕ ਦੇ ਦੁਆਰਾ ਹੀ ਭੇਜੋ। ਸਧਾਰਨ ਡਾਕ ਜਿਹੜੀ ਕਈ ਵਾਰ ਦੋਸਤੋ ਪਤਾ ਹੀ ਨਹੀਂ ਲੱਗਦਾ ਰਾਹ ਦੇ ਵਿੱਚ ਕਿੱਥੇ ਰੁਲ ਜਾਂਦੀ ਹੈ, ਤਾਂ ਤੁਸੀਂ ਕੋਸ਼ਿਸ਼ ਕਰਨੀ ਹੈ ਫਟਾਫਟ ਫੋਰਮ ਅਪਲਾਈ ਕਰਨ ਦੀ। ਤੇ ਨਾਲੇ ਦੋਸਤੋ ਜਿੰਨੀ ਤੁਸੀਂ ਵੀਡੀਓ ਨੂੰ ਸਪੋਰਟ ਕਰੋਗੇ, ਜਿੰਨਾ ਲਾਈਕ ਕਰੋਗੇ, ਅਸੀਂ ਵੀ ਦੋਸਤੋ ਉਨੀ ਇਮਾਨਦਾਰੀ ਨਾਲ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਾਰੀ PDF ਪਰਫੋਰਮੇ ਦਾ ਲਿੰਕ, ਆਫੀਸ਼ੀਅਲ ਵੈਬਸਾਈਟ ਦਾ ਲਿੰਕ ਇੱਕੋ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਪ੍ਰੋਵਾਈਡ ਕਰਵਾ ਦਈਏ। ਸੋ ਦੋਸਤੋ ਇਸ ਦੇ ਲਈ ਜ਼ਰੂਰੀ ਹੈ ਜ਼ਿਆਦਾ ਤੋਂ ਜ਼ਿਆਦਾ ਤੁਹਾਡਾ ਸਪੋਰਟ, ਤੁਹਾਡਾ ਸਹਿਯੋਗ, ਤੁਹਾਡੇ ਸਹਿਯੋਗ ਕਰਕੇ ਹੀ ਦੋਸਤੋ ਇਹ ਨਿੱਕਾ ਜਿਹਾ ਚੈਨਲ ਜਿਹੜਾ ਹੈ ਉਹ ਗਰੋ ਕਰੇਗਾ। ਸੋ ਆਪਣਾ ਸਹਿਯੋਗ ਜਿਹੜਾ ਹੈ ਬਣਾਏ ਰੱਖਿਓ, ਤੇ ਆਪਾਂ ਮਿਲਾਂਗੇ ਫਿਰ ਦੋਸਤੋ ਨੈਕਸਟ ਵੀਡੀਓ ਵਿੱਚ। ਉਦੋਂ ਤੱਕ ਦੇ ਲਈ ਰੱਬ ਰਾਖਾ।